ਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 23 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ 21 ਨਵੰਬਰ ਨੂੰ ਅੱਜ ਰਵਾਨਾ ਹੋ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜੱਥੇ ਨਾਲ ਜਾਣ ਲਈ 1630 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 1227 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੱਡੀ ਗਿਣਤੀ ਵਿੱਚ ਵੀਜ਼ੇ ਰੱਦ ਕਰਨ ਨੂੰ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵੱਧ ਤੋਂ ਵੱਧ ਵੀਜ਼ੇ ਦਿੱਤੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਹਨਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੱਥੇ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ। ਸੋ ਅੱਜ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੁੱਖ ਰੱਖਦੇ ਹੋਏ ਪਾਕਿਸਤਾਨ ਵਿਖੇ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਨਤਮਸਤ ਕਰਨ ਲਈ ਉੱਥੋਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਅੱਜ ਯਾਤਰੂਆਂ ਦਾ 1227 ਪ੍ਰਾਣੀਆਂ ਦਾ ਜਿਹੜਾ ਇੱਕ ਜਥਾ ਇੱਥੋਂ ਗਿਆ, ਜਿਹਨੂੰ ਅਸੀਂ ਰਵਾਨਗੀ ਦਿੱਤੀ ਹੈ ਔਰ ਜਿਸਦੀ ਅਗਵਾਈ ਜਿਹੜੇ ਨੇ ਸਾਡੇ ਪਰਮਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਜੀਤ ਸਿੰਘ ਜੀ ਭਲਾਈਪੁਰ ਜਿਹੜੇ ਨੇ ਉਹ ਜਾ ਰਹੇ ਨੇ। ਸੋ ਮੈਂ ਸਮਝਦਾ ਸਤਿਗੁਰੂ ਦੀ ਮਿਹਰ ਦੇ ਨਾਲ ਉਹ ਵਧੀਆ ਉਹਨਾਂ ਦੀ ਜਿਹੜੀ ਯਾਤਰਾ ਸਤਿਗੁਰੂ ਕਿਰਪਾ ਕਰਨ ਉਹ ਸਫਲ ਹੋਵੇ। ਅਤੇ ਜੀ 550 ਸਾਲਾ ਆ ਰਿਹਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਉੱਥੇ ਮਨਾਉਣ ਵਾਸਤੇ ਤੁਸੀਂ ਪਾਕਿਸਤਾਨ ਸਰਕਾਰ ਨੂੰ ਮਤਲਬ ਉਹਦੇ ਬਾਰੇ ਕੀ ਕਹਿਣਾ? ਸੋ ਦੇਖੋ 550 ਸਾਲਾ ਜਿਹੜਾ ਆ ਰਿਹਾ ਸਾਰੀ ਸਿੱਖ ਕੌਮ ਸਾਰੇ ਨਾਨਕ ਨਾਮ ਲੇਵਾ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਬੜੀ ਪੱਧਰ ਦੇ ਉੱਤੇ ਸਾਰੇ ਮਨਾਉਣੀ ਹੈ। ਤਾਂ ਇਹ ਕਿ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੋ ਪ੍ਰਗਟ ਸਥਾਨ ਹੈ ਉਹ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਹੈਗਾ, ਉੱਥੇ ਰਹਿ ਗਿਆ। ਅਤੇ ਅਸੀਂ ਚਾਹੁੰਦੇ ਹਾਂ ਕਿ ਉੱਥੇ ਵੀ ਵੱਡੇ ਸਮਾਗਮ ਕੀਤੇ ਜਾਣ, ਉੱਥੋਂ ਨਗਰ ਕੀਰਤਨ ਵੀ ਇੱਕ ਅਸੀਂ ਚਾਹੁੰਦੇ ਹਾਂ ਵੀ ਉੱਥੋਂ ਕੱਢਿਆ ਜਾਵੇ। ਸੋ ਉਹਦੇ ਲਈ ਵੀ ਅਸੀਂ ਭਾਰਤ ਸਰਕਾਰ ਨਾਲ ਵੀ ਗੱਲ ਕਰਾਂਗੇ। ਇੱਕ ਸਾਡਾ ਵਫਦ ਜਿਹੜਾ ਹੈ ਪਾਕਿਸਤਾਨ ਵੀ ਜਾਏਗਾ ਉੱਥੋਂ ਦੀ ਸਰਕਾਰ ਦੇ ਨਾਲ, ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਾਰਿਆਂ ਨਾਲ ਅਸੀਂ ਗੱਲ ਕਰਕੇ ਆਵਾਂਗੇ ਤਾਂ ਕਿ ਉਸ ਥਾਂ 'ਤੇ ਵੀ ਸਮਾਗਮ ਕੀਤੇ ਜਾਣ। ਔਰ ਜਿਹੜਾ ਇੱਥੇ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਉਹ ਸੁਲਤਾਨਪੁਰ ਲੋਧੀ ਵਿਖੇ, ਉੱਥੇ ਵੱਡਾ ਸਮਾਗਮ ਹੋਊਗਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ 14 ਸਾਲ ਤੋਂ ਵੱਧ ਸਮਾਂ ਜਿਹੜਾ ਉਹਨਾਂ ਨੇ ਗੁਜ਼ਾਰਿਆ। ਸੋ ਬਾਕੀ ਵੀ ਸਾਰੇ 22 ਅਤੇ 23 ਨੂੰ ਹੁਣ ਸੁਲਤਾਨਪੁਰ ਲੋਧੀ ਵਿਖੇ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ, 22 ਨੂੰ ਨਗਰ ਕੀਰਤਨ ਹੋਏਗਾ, 23 ਨੂੰ ਗੁਰਮਤਿ ਸਮਾਗਮ ਕੀਤੇ ਜਾਣਗੇ। ਇੱਥੋਂ ਹੀ ਸਾਰੀ ਜਿਹੜੀ ਅਗਲੇ ਸਾਲ ਦੀ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾਵੇਗੀ। 500 ਤੋਂ ਵੱਧ ਅਪਲਾਈ ਕੀਤਾ ਸੀ ਅਤੇ ਉਹਦੇ ਵਿੱਚੋਂ 403 ਜਿਹੜੇ ਵੀਜ਼ੇ ਉਹ ਕੱਢੇ ਗਏ ਆ ਅਤੇ 1227 ਬੰਦੇ ਜਿਹੜੇ ਉਹ ਯਾਤਰਾ ਵਾਸਤੇ ਜਾ ਰਹੇ ਆ। ਇਹ ਸਾਡੀ ਸਰਕਾਰ ਨੇ ਅਤੇ ਪਾਕਿਸਤਾਨ ਸਰਕਾਰ ਨੇ ਦੋਵਾਂ ਨੇ ਜੋ ਉਹ ਇਹ ਵੀਜ਼ੇ ਕੱਟੇ ਆ। ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਕਿਉਂਕਿ ਜੋ ਵੀ ਸ਼ਰਧਾਲੂ ਉੱਥੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਖੁੱਲ੍ਹੇ ਦਰਸ਼ਨ ਦਾਰੇ ਕਰਨ ਦੇਣੇ ਚਾਹੀਦਾ ਵਾ। ਅਤੇ ਇਸ ਤਰ੍ਹਾਂ ਸਾਡੀ ਬੇਨਤੀ ਆ ਵੀ ਇਸ ਤਰ੍ਹਾਂ ਜਿੰਨੇ ਵੀ ਵੱਧ ਤੋਂ ਵੱਧ ਸ਼ਰਧਾਲੂ ਜਾਂਦੇ ਆ ਉਹਨਾਂ ਨੂੰ ਜਾਣ ਦੇਣਾ ਚਾਹੀਦਾ। ਅਤੇ ਜਿਹੜਾ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਮਸਲਾ ਉਹ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੇਸ਼ ਦਿੱਤਾ ਵਾ ਉਹਦੇ ਮੁਤਾਬਕ ਅਸੀਂ ਉਹਨਾਂ ਦੇ ਸੀਨੀਅਰ ਲੀਡਰਾਂ ਨਾਲ ਜੇ ਸਾਨੂੰ ਉਹਨਾਂ ਨੇ ਮਿਲਣ ਦਾ ਮੌਕਾ ਮਿਲਿਆ ਤਾਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਵੀ ਸਾਨੂੰ ਉਹ ਖੁੱਲ੍ਹਾ ਜਿਹੜਾ ਵਾ ਮਿਲਣਾ ਚਾਹੀਦਾ ਵਾ ਰਸਤਾ, ਕਿਉਂਕਿ ਸੰਗਤ ਜਿਹੜੀ ਆ ਉਹ ਦਰਸ਼ਨ ਕਰਨ ਵਾਸਤੇ ਜਾ ਸਕੇ। ਅਤੇ 550 ਸਾਲਾ ਆ ਰਿਹਾ ਵਾ ਆਪਣਾ ਗੁਰੂ ਨਾਨਕ ਦੇਵ ਜੀ ਦਾ, ਤਾਂ ਉਦੋਂ ਖੁੱਲ੍ਹੇ ਦਾਰੇ ਸੰਗਤ ਜਾਵੇ ਅਤੇ ਖੁੱਲ੍ਹੇ ਦਰਸ਼ਨ ਦਾਰੇ ਕਰਕੇ। ਅਸੀਂ ਤਰਨ ਤਾਰਨ ਜ਼ਿਲ੍ਹਾ ਤਹਿਸੀਲ ਪੱਟੀ ਤੋਂ ਹਾਂ ਜੀ। ਅਸੀਂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਪਾਕਿਸਤਾਨ ਜਥਾ ਰਵਾਨਾ ਹੋ ਰਿਹਾ ਜੀ ਸਾਡਾ।
ਬੜੀ ਹੀ ਮਨ ਵਿੱਚ ਖੁਸ਼ੀ ਆ। ਬੜੇ ਚਿਰ ਤੋਂ ਸਾਡੀ ਰੀਝ ਸੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਅਸਥਾਨ 'ਤੇ ਜਾ ਕੇ ਦਰਸ਼ਨ ਕਰੀਏ, ਅਤੇ ਅਸੀਂ ਬੜੇ ਵੱਡੇ ਭਾਗਾਂ ਵਾਲੇ ਹਾਂ, ਸਾਰੀ ਸੰਗਤ ਦੇ ਨਾਲ ਜਾ ਰਹੇ ਹਾਂ ਜੀ। ਅਤੇ ਅਸੀਂ ਦੋਵਾਂ ਸਰਕਾਰਾਂ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਵਿਜੇ ਦਿੱਤੇ ਜਾਣ। ਜਿਹੜੇ ਵੀ ਵਿਜੇ ਰਿਜੈਕਟ ਹੋਏ ਆ ਉਹ ਰਿਜੈਕਟ ਨਹੀਂ ਹੋਣੇ ਚਾਹੀਦੇ। ਸਾਰੀ ਸੰਗਤ ਨੂੰ ਮਤਲਬ ਦਰਸ਼ਨ ਕਰਾਉਣ ਵਾਸਤੇ ਇਹ ਉਪਰਾਲੇ ਕਰਨੇ ਚਾਹੀਦੇ ਹਨ ਜੀ। ਸ਼੍ਰੀ ਚਮਕੌਰ ਸਾਹਿਬ ਤੁਸੀਂ ਦਰਸ਼ਨ ਦੱਸਦੀ ਅਤੇ ਪਹਿਲੀ ਵਾਰ ਚੱਲੇ ਹਾਂ ਜੀ, ਅਤੇ ਮਹਾਰਾਜ ਕਿਰਪਾ ਕਰਨ ਵੀ ਆਪਣੇ ਦਰਸ਼ਨ ਦੁਆਰੇ ਬਖਸ਼ਣ, ਅਤੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਖੁੱਲ੍ਹੇ ਦਰਸ਼ਨ ਦੁਆਰੇ ਹੋਣੇ ਚਾਹੀਦੇ ਜੋ ਆਪਾਂ ਡੇਲੀ ਅਰਦਾਸ ਕਰਦੇ ਹਾਂ। ਮਨ 'ਚ ਕੀ ਆਸ ਲੈ ਕੇ ਚੱਲੇ? ਬਹੁਤ ਮਨ 'ਚ ਬਹੁਤ ਖੁਸ਼ੀ ਹੈ ਜੀ ਕਿ ਖੁੱਲ੍ਹੇ ਦਰਸ਼ਨ ਦੁਆਰ ਕਰੀਏ ਜੀ ਸਾਰੇ ਗੁਰਧਾਮਾਂ ਦੇ ਜੀ। ਦੋ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਅਪੀਲ ਤਾਂ ਇਹੀ ਕਰਾਂਗੇ ਜੀ ਵੀ ਵੀਜੇ ਵਾਲਾ ਸਿਸਟਮ ਬੰਦ ਹੋਣਾ ਚਾਹੀਦਾ ਜੀ, ਖੁੱਲ੍ਹੇ ਦਰਸ਼ਨ ਦੁਆਰੇ ਹੋਣੇ ਚਾਹੀਦੇ। ਹੁਣ ਤਾਂ 70 ਸਾਲ ਤੋਂ ਉੱਪਰ ਹੋ ਗਏ ਜੀ, ਸਾਨੂੰ ਅਰਦਾਸ ਕਰਦਿਆਂ ਨੂੰ ਅਤੇ ਸਾਡੀ ਪੂਰੀ ਹੋਣੀ ਚਾਹੀਦੀ। ਮੇਰਾ ਨਾਮ ਸਰਦਾਰ ਹਰਪਾਲ ਸਿੰਘ ਹੈ ਜੀ, ਅਸੀਂ ਮਲੋਟ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਆਏ ਹਾਂ ਜੀ, ਅਤੇ ਅੱਜ ਬੜੀ ਮਤਲਬ 9 ਸਾਲ ਹੋ ਗਏ ਨੇ ਕੋਸ਼ਿਸ਼ ਕਰਦਿਆਂ ਨੂੰ। ਅੱਜ ਗੁਰੂ ਦੀ ਮਿਹਰ ਹੋਈ ਹੈ ਬਾਬੇ ਨਾਨਕ ਦੀ, ਅਤੇ ਦਰਸ਼ਨ ਨੂੰ ਚੱਲਿਆ ਮੈਂ ਅਤੇ ਮੇਰੀ ਮਿਸਿਜ, ਅਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਭਾਰਤ ਸਰਕਾਰ ਹੈ ਉਹ ਵੱਧ ਤੋਂ ਵੱਧ ਵੀਜੇ ਲਾਵੇ, ਅਤੇ ਹਰੇਕ ਬੰਦੇ ਦੀ ਚਾਹਤ ਹੁੰਦੀ ਹੈ ਵੀ ਨਨਕਾਣਾ ਸਾਹਿਬ ਜਾਣ ਦੀ। ਅਤੇ ਅਸੀਂ ਕਹਿੰਦੇ ਵੀ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿੰਨੀਆਂ ਵੀ ਅਰਜ਼ੀ ਆਉਂਦੀਆਂ ਨੇ ਉਹਨੂੰ ਹਰੇਕ ਦਾ ਮਤਲਬ ਵੀਜ਼ਾ ਲਾਵੇ, ਅਤੇ ਕੋਈ ਵੀ ਗੁਰੂ ਘਰ ਤੋਂ ਨਿਰਾਸ਼ ਹੋ ਕੇ ਨਾ ਜਾਵੇ ਬੰਦਾ। ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਪਾਕਿਸਤਾਨ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ। ਮੇਰੇ ਹਸਬੈਂਡ ਨੂੰ 9 ਸਾਲ ਤੋਂ ਉਮੀਦ ਸੀਗੀ, ਉਹਨਾਂ ਦਾ ਹੁਣ ਵੀਜ਼ਾ ਲੱਗਿਆ ਹੈ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ, ਅਸੀਂ ਉੱਥੇ ਜਾ ਕੇ ਸ਼੍ਰੀ ਨਨਕਾਣਾ ਸਾਹਿਬ ਜੀ ਦਰਸ਼ਨ ਕਰਾਂਗੇ। ਵੱਧ ਤੋਂ ਵੱਧ ਅਸੀਂ ਕਹਿੰਦੇ ਸਰਕਾਰ ਨੂੰ ਵੀਜ਼ਾ ਲਾਉਣ, ਜਿਹੜੀ ਸੰਗਤ ਰਹਿ ਗਈ ਹੈ ਉਹ ਵਿਚਾਰੇ ਬਹੁਤ ਦੁਖੀ ਹਨ।